ਗਾਈਸ ਪ੍ਰੀਤ ਆਇਆ ਸੀ ਸਕੂਲ, ਕੁਲਫੀ ਵਾਲਾ ਆਇਆ ਸੀ ਅਤੇ ਕਹਿੰਦਾ ਮੰਮਾ ਮੈਂ ਕੁਲਫੀ ਖਾਣੀ ਹੈ, ਹੁਣ ਕੁਲਫੀ ਲੈ ਕੇ ਆਇਆ ਅਤੇ ਆ ਵੇਖੋ ਇਹ ਖਾਣ ਦੇ ਢੰਗ, ਬੋਤਲ 'ਚ ਰੱਖ ਕੇ ਅਤੇ ਫਿਰ ਖਾਈ ਜਾ ਰਿਹਾ। ਉਹ ਵੇਖੋ ਗਾਈਸ, ਪ੍ਰੀਤ ਹੈਲੋ ਕਰੋ, ਐਵੇਂ ਥੋੜ੍ਹੀ ਖਾਈ ਦੀ ਹੁੰਦੀ ਬੇਟੇ, ਕੋਈ ਪਲੇਟ ਲੈ ਲਓ, ਐਵੇਂ ਖਾਓਗੇ ਦਮਨ? ਆਹ ਕੀ ਤਰੀਕਾ ਹੈ, ਸਾਰਾ ਵੇਖੇ ਜੂਸ ਸਾਰੇ ਫਰਸ਼ 'ਤੇ ਆਈ ਜਾ ਰਿਹਾ ਬੇਟੇ, ਮੱਖੀਆਂ ਆਉਣਗੀਆਂ, ਕੀੜੀਆਂ ਵੀ ਆ ਜਾਂਦੀਆਂ ਨੇ ਬੇਟੇ ਹੁਣ। ਇਹਨੂੰ ਜਲਦੀ ਜਲਦੀ ਖਾ, ਇਹਨੂੰ ਹੋਮਵਰਕ ਕੀ ਮਿਲਿਆ ਦੱਸੋ, ਲਰਨਿੰਗ ਦਾ? ਅੱਛਾ, ਰਾਈਟ ਵੀ ਕਰਨਾ, ਲਰਨ ਵੀ? ਓਕੇ, ਅਤੇ ਕਿੰਨੀ ਮੈਡਮਾਂ ਪੜ੍ਹਾਇਆ ਅੱਜ? ਇੱਕ ਹੀ ਮੈਡਮ ਨੇ ਪੜ੍ਹਾਇਆ ਕਿ ਸਾਰੀਆਂ ਅਲੱਗ ਅਲੱਗ ਸੀ? ਅਲੱਗ ਅਲੱਗ ਸੀ ਨਾ, ਹਾਂ ਮੈਸੇਜ ਆਇਆ ਸੀ ਨਾ ਮੈਡਮ ਦਾ। ਪ੍ਰੀਤਾ ਕੀ ਕਰੀ ਜਾਂਦਾ ਨੀਚੇ ਵੇਖੀ, ਇੱਕ ਜਗ੍ਹਾ ਹੀ ਬੈਠ ਕੇ ਖਾ ਲਾ, ਫਿਰ ਮੈਂ ਸਾਫ ਕਰ ਦਾਂਗੀ, ਫਿਰ ਜਲਦੀ ਫਿਨਿਸ਼ ਕਰ ਬੇਟੇ, ਹੈਂਡ ਵਾਸ਼ ਕਰਨ ਵਾਲੇ ਕੱਪੜਿਆਂ 'ਤੇ ਨਾ ਲਾਈ, ਫਿਨਿਸ਼ ਕਰੋ। ਹਾਂ ਮੈਨੂੰ ਬੁੱਕਸ ਵੇਖੀ ਤੇਰੀ, ਲੈ ਹੋਮਵਰਕ ਮਿਲਿਆ? ਕਾਪੀ ਵੇਲੇ ਸਾਰੀ ਜਾਜ ਬਣਾ ਬਣਾ ਕੇ, ਆ ਵੇਖ ਲਓ ਗਾਈਸ ਨਵੀਆਂ ਕਾਪੀਆਂ ਦੇ ਜਾਜ ਬਣਾਉਂਦਾ ਹੈ। ਬਸ ਟ੍ਰੀ ਬਣਾਇਆ ਅੱਜ, ਤੁਸੀਂ ਬਣਾਇਆ? ਅੱਛਾ ਵੈਰੀ ਗੁੱਡ, ਅਤੇ ਮੈਥ ਦਾ? ਮੈਥ ਦਾ ਕੀ ਕੀਤਾ ਬੇਟੇ, ਬਿਫੋਰ ਆਫਟਰ? ਓਕੇ, ਅੱਛਾ ਇਹੀ ਸੇਮ ਵਰਕ ਕਰਨਾ ਹੈ ਨਾ, ਸੇਮ ਵਰਕ? ਜਲਦੀ ਖਾ ਬੇਟੇ, ਇਹਨੂੰ ਫਿਨਿਸ਼ ਕਰ ਔਰ ਹੈਂਡ ਵਾਸ਼ ਕਰਕੇ ਆਓ। ਚਲੋ ਅਤੇ ਇਹਦਾ ਕੀ ਮਿਲਿਆ, ਹਿੰਦੀ ਦਾ? ਆ ਚੈੱਕ ਨਹੀਂ ਹੋਇਆ ਹੋਮਵਰਕ, ਹੋਮਵਰਕ ਜਿਹੜਾ ਕੀਤਾ ਸੀ ਚੈੱਕ ਨਹੀਂ ਹੋਇਆ, ਟੀਚਰ ਨਹੀਂ ਆਏ ਹਿੰਦੀ ਵਾਲੇ? ਹੈ ਪ੍ਰੀਤ, ਮੈਡਮ ਨੇ ਚੈੱਕ ਨਹੀਂ ਕੀਤਾ ਬੇਟੇ। ਚਲੋ ਗਾਈਸ ਆਹ ਵੇਖੋ ਇਹਦੀਆਂ, ਪ੍ਰੀਤ ਦੀਆਂ ਬੁੱਕਸ ਨੇ ਅਜੇ ਫਸਟ ਕਲਾਸ 'ਚ,
ਤੇ ਬੁੱਕਸ ਵੇਖੋ ਕਿੰਨੀਆਂ ਕਿੰਨੀਆਂ ਮੋਟੀਆਂ ਬੁੱਕਸ ਨੇ ਇਹਦੀਆਂ। ਵੇਖੋ ਆਹ ਸਮੈਸਟਰ 2 ਹੈ ਅਤੇ ਆਹ ਸਮੈਸਟਰ 1। ਇਹਦੇ ਵਿੱਚ ਸਾਰਾ ਹੀ ਹੈਗਾ ਇਸ ਇੰਗਲਿਸ਼, ਮੈਥੇਮੈਟਿਕਸ, ਇਨਵਾਇਰਮੈਂਟਲ ਸਟੱਡੀ, ਜਨਰਲ ਨੌਲੇਜ, ਹਾਈਟ ਕਨੈਕਟ। ਇਹਦੇ ਵਿੱਚ ਮਤਲਬ ਕਿ ਇਹਨਾਂ ਨੂੰ ਸਾਰਾ ਮਤਲਬ ਕਿ ਕੰਪਿਊਟਰ ਬਾਰੇ ਦੱਸਿਆ ਹੋਇਆ ਹੈ। ਦਮਨ ਇਹਦੇ ਵਿੱਚ ਨਾ ਸਾਰਾ ਕੰਪਿਊਟਰ ਬਾਰੇ ਦੱਸਿਆ ਤੈਨੂੰ ਨੌਲੇਜ ਵਾਸਤੇ। ਆਵੇ ਕਿਵੇਂ ਆਪਾਂ ਕਨੈਕਟ ਕਰਦੇ ਹਾਂ, ਮਾਊਸ ਦਾ ਕਿਵੇਂ ਯੂਜ਼ ਕਰਨਾ ਹੈ ਨਾ, ਪੇਂਟਿੰਗ ਕਿਵੇਂ ਕਰਨੀ ਹੈ, ਸਾਰਾ ਕੁਛ ਦੱਸਿਆ ਹੋਇਆ ਬੇਟੇ। ਆਵੇ ਹੈਂ ਇਹ ਹਿੰਦੀ ਦੀ ਬੇਟੇ। ਹਾਂ ਵਿਖਾ ਰਹੀ ਹਾਂ, ਵੇਖ ਰਹੇ ਨੇ ਸਾਰੇ, ਵੇਖ ਰਹੇ ਨੇ, ਸਾਰੀਆਂ ਕੱਢ ਲਿਆ ਬੇਟੇ ਮੈਂ। ਅਤੇ ਆਹ ਜਿਹੜੀ ਇਹਦੀ ਇਹ ਹਿੰਦੀ ਦੀ ਬੁੱਕ ਹੈ। ਅਤੇ ਇੱਥੇ ਆ ਵਿਆਕਰਨ ਹੈ, ਵਿਆਕਰਨ ਪੁਸ਼ਪ ਦੇਖੋ ਗਾਈਜ਼, ਐਡੀਆਂ ਐਡੀਆਂ ਮੋਟੀਆਂ ਬੁੱਕਸ ਨੇ ਇਹਦੀਆਂ, ਫਸਟ ਕਲਾਸ ਦੀਆਂ। ਅਤੇ ਆ ਇਹਦੀ ਹੈਗੀ ਹੈ ਡਰਾਇੰਗ ਬੁੱਕ, ਕਲਰਸ। ਇਹਦੇ ਵਿੱਚ ਬੇਟੇ ਆ ਸਾਰਾ ਕੁਛ ਦਿੱਤਾ ਹੋਇਆ ਗਾਈਜ਼, ਮਤਲਬ ਕਿ ਇਹਨਾਂ ਦਾ ਨਾ ਸਾਰੇ ਮਟੀਰੀਅਲ ਦਾ ਮਤਲਬ ਕਿ ਯੂਜ਼ ਕਰਨਾ, ਆਰਟ ਕ੍ਰਾਫਟ ਵਗੈਰਾ ਬਣਾਉਣਾ, ਆਰਟ ਵਗੈਰਾ ਬਣਾਉਣਾ। ਅਤੇ ਜਿਵੇਂ ਆ ਦਿੱਤੇ ਹੋਏ ਨੇ ਇਸ ਤਰ੍ਹਾਂ, ਹੋਰ ਵੀ ਵਿਖਾਓ ਬੇਟੇ। ਪ੍ਰੀਤ ਇੱਧਰ ਆਓ ਬੇਟੇ, ਉਹ ਤਾਂ ਵਿਖਾਇਆ ਸੀ ਬੇਟੇ, ਵਿਖਾਇਆ ਗਾਈਸ। ਇਹਦਾ UKG ਕਲਾਸ ਦਾ ਰਿਜ਼ਲਟ ਹੈ, ਨਹੀਂ ਬੱਚੇ ਇਹ ਤਾਂ ਅਟੈਂਡੈਂਸ ਹੈ ਨਾ ਬੇਟੇ, ਆਹ ਰੈਂਕ ਹੈ। ਅਤੇ ਆਹ ਦੱਸੋ ਨਾ ਆਹ ਵਾਲੇ ਆਏ ਨੇ ਤੇਰੇ, ਹਾਂਜੀ ਇਹ ਨੰਬਰ ਆਏ ਬੇਟੇ, ਇਹ ਨੰਬਰ ਆਏ ਨੇ ਤੇਰੇ 270 ਚੋਂ 266.5। ਠੀਕ ਹੈ, ਅਤੇ ਨਾਲ ਕੀ ਮਿਲਿਆ ਸੀ ਆਹ ਦਿਖਾਓ, ਡੋਮਸ ਦੇ ਨਾ ਕਲਰਸ ਮਿਲੇ ਸੀ ਇਹਦੇ ਨਾਲ ਫਾਈਲ ਦੇ ਵਿੱਚ, ਉਹਨਾਂ ਨੇ ਮਤਲਬ ਕਿ ਇਹਦਾ ਰਿਜ਼ਲਟ ਦਿੱਤਾ ਸੀ। ਅਤੇ ਦਿਖਾਓ ਕਿਹੜਾ ਕਿਹੜਾ ਕਲਰ ਇਹਦੇ 'ਚ, ਬਰਾਊਨ, ਰੈੱਡ, ਯੈਲੋ, ਬਲੈਕ, ਬਲੂ, ਗ੍ਰੀਨ। ਚਲੋ ਬੇਟੇ ਇਹਨੂੰ ਪਾਓ, ਇਹਨੂੰ ਉੱਥੇ ਰੱਖ ਆਓ ਜਿੱਥੋਂ ਲੈ ਕੇ ਆਏ ਹੋ ਨਾ, ਆ ਫਾਈਲ ਦੇ ਵਿੱਚ ਹੀ ਪਾ ਦਿਓ। ਚਲੋ ਅਤੇ ਆਹ ਵੀ ਉੱਥੇ ਹੀ ਰੱਖ ਆਓ, ਅਜੇ ਜਦੋਂ ਸਕੂਲ 'ਚ ਮੰਗਵਾਉਣਗੇ ਨਾ ਫਿਰ ਭੇਜਾਂਗੇ ਬੇਟੇ।